ईएसआई कुलदीप सिंह ते उहदी पुलिस पार्टी ने हाईटेक नाका ढलवां ते नाका लाया सी। जलंधर साइड तो एक कैंटर आयशा टैब जिहड़ा हैगा वह आया, उहदा नंबर हैगा PB07WU6352। आया उहनूं रोक के चैक कीता, उहदे चों जिहड़ियां 70 पेटियां शराब दीआं रिकवर कीतीआं वख वख मार्के दीआं। बूटलैगर्स इत्थे विच माल लैके जा रहे ने, तो एक मॉडिफाइड कैंटर सेगा जिदे विच कि उन्होंने कैबिन नूं मॉडिफाई कीता सेगा, तो उहदी सानूं टिप ऑफ सीगी कि इदां दा मॉडिफाइड कैंटर आएगा तो उहनूं इंटरसैप्ट करके उहदे विचों रिकवरी हो सकती है। ਕਪੂਰਥਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 70 ਪੇਟੀਆਂ ਸ਼ਰਾਬ ਦੀਆਂ ਹੋਈਆਂ ਬਰਾਮਦ, ਦੋ ਨੌਜਵਾਨਾਂ ਨੂੰ ਕੀਤਾ ਕਾਬੂ। ਜ਼ਿਲ੍ਹਾ ਕਪੂਰਥਲਾ ਦੇ ਪੁਲਿਸ ਥਾਣਾ ਢਿਲਵਾਂ ਵੱਲੋਂ 70 ਪੇਟੀਆਂ ਸ਼ਰਾਬ ਦੀਆਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਦੱਸਦੇ ਕਿ ਇਸ ਦੇ ਨਾਲ ਹੀ ਕੈਂਟਰ ਨੂੰ ਵੀ ਬਰਾਮਦ ਕੀਤਾ ਗਿਆ ਅਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸੰਬੰਧ ਦੇ ਵਿੱਚ ਹਾਈਟੈਕ ਨਾਕਾ ਢਿਲਵਾਂ ਤੇ ਲਗਾਇਆ ਹੋਇਆ ਸੀ, ਤਾਂ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਰਮਨ ਭਗਤ ਨੇ ਜਲੰਧਰ ਸਾਈਡ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਵਹੀਕਲਾਂ ਦੀ ਚੈਕਿੰਗ ਦੌਰਾਨ ਜਲੰਧਰ ਸਾਈਡ ਵੱਲੋਂ ਇੱਕ ਕੈਂਟਰ ਜਿਸ ਦੇ ਅੱਗੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਅਤੇ ਜਦੋਂ ਉਸ ਕੈਂਟਰ ਦੀ ਤਲਾਸ਼ੀ ਲਈ ਗਈ ਤਾਂ ਕੈਂਟਰ ਦੇ ਵਿੱਚ ਮੌਜੂਦ 70 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਤਾਂ ਇਸਦੇ ਚੱਲਦਿਆਂ ਹੀ ਦੋ ਨੌਜਵਾਨਾਂ ਨੂੰ ਜੋ ਕਿ ਕੈਂਟਰ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਅਤੇ ਜਦੋਂ ਦੋਨੋਂ ਨੌਜਵਾਨਾਂ ਨੂੰ ਕੈਂਟਰ ਤੋਂ ਥੱਲੇ ਉਤਾਰ ਕੇ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਨਾਮ ਸਰਬਜੀਤ ਸਿੰਘ ਉਰਫ ਲਾਡੀ ਵਾਸੀ ਮਾਨਾਵਾਲਾ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਅਤੇ ਦੂਜੇ ਨੌਜਵਾਨ ਨੇ ਆਪਣਾ ਨਾਮ ਜਗਤਾਰ ਸਿੰਘ ਵਾਸੀ ਕਲੋਨੀ ਗੇਟ ਹਕੀਮਾ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ। ਤਾਂ ਇੱਥੇ ਦੱਸ ਦਈਏ ਕਿ ਢਿਲਵਾਂ ਪੁਲਿਸ ਨੇ ਉਕਤ ਨੌਜਵਾਨਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸੰਬੰਧੀ ਥਾਣਾ ਮੁਖੀ ਬਲਵੀਰ ਸਿੰਘ ਨੇ ਕੀ ਕੁਝ ਦੱਸਿਆ, ਆਓ ਸੁਣਦੇ ਹਾਂ ਉਹਨਾਂ ਤੋਂ। ਮੈਂ ਐਸ ਆਈ ਬਲਵੀਰ ਸਿੰਘ, ਐਸ ਐਚ ਢਿਲਵਾਂ ਕਪੂਰਥਲਾ। ਅੱਜ ਤੁਸੀਂ ਕਾਨਫਰੰਸ ਕੀਤੀ ਹੈ, ਕੀ ਮੁੱਦਾ? ਮੈਂ ਤਾਂ ਜੀ ਸਾਡੇ ਐਕਸਾਈਜ਼ ਇੰਸਪੈਕਟਰ ਰਮਨ ਭਗਤ ਜੀ ਉਹਨਾਂ ਦੀ ਸਹਾਇਤਾ ਨਾਲ ESI ਕੁਲਦੀਪ ਸਿੰਘ ਅਤੇ ਉਹਦੀ ਪੁਲਿਸ ਪਾਰਟੀ ਨੇ ਹਾਈਟੈਕ ਨਾਕਾ ਢਿਲਵਾਂ 'ਤੇ ਨਾਕਾ ਲਾਇਆ ਸੀ। ਜਲੰਧਰ ਸਾਈਡ ਤੋਂ ਇੱਕ ਕੈਂਟਰ ਆਇਸ਼ਾ ਟੈਬ ਜਿਹੜਾ ਹੈਗਾ ਉਹ ਆਇਆ, ਉਹਦਾ ਨੰਬਰ ਹੈਗਾ PB07WU6352। ਆਇਆ ਉਹਨੂੰ ਰੋਕ ਕੇ ਚੈੱਕ ਕੀਤਾ, ਉਹਦੇ 'ਚੋਂ ਜਿਹੜੀਆਂ 70 ਪੇਟੀਆਂ ਸ਼ਰਾਬ ਦੀਆਂ ਰਿਕਵਰ ਕੀਤੀਆਂ ਵੱਖ ਵੱਖ ਮਾਰਕੇ ਦੀਆਂ, ਅਤੇ ਉਹਦੇ ਸੰਬੰਧ 'ਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਅਤੇ ਮੁਕੱਦਮਾ ਦਰਜ ਕੀਤਾ ਜੀ। ਮੁਕੱਦਮਾ ਨੰਬਰ ਹੈਗਾ 80, ਮਿਤੀ ਹੈਗੀ 2011-2023, ਅੰਡਰ ਸੈਕਸ਼ਨ 420-120B, IPC 61-78-2-114 ਐਕਸਾਈਜ਼ ਐਕਟ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ। ਅਤੇ ਜਿਹੜੇ ਜਿਹੜੇ ਅੱਗੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਜ ਇਹਨਾਂ ਨੂੰ ਪੇਸ਼ ਕਰਾਂਗੇ ਪੁਲਿਸ ਰਿਮਾਂਡ ਲੈ ਕੇ, ਜਿਹੜੀ ਅੱਗੇ ਤਫਤੀਸ਼ਾ ਉਹ ਜਿਸ ਤਰ੍ਹਾਂ ਹੋਏਗੀ ਉਹ ਅਮਲ 'ਚ ਲਿਆਂਦੀ ਜਾਏਗੀ। ਜਿਹੜੇ ਅਪਰਾਧੀ ਸੀਗੇ ਟੋਟਲ ਕਿੰਨੇ ਸੀਗੇ ਜੀ? ਦੋ ਦੋਸ਼ੀ ਆ ਜੀ। ਜੀ, ਦੋ ਦੋਸ਼ੀ, ਇੱਕ ਦਾ ਨਾਮ ਹੈਗਾ ਸਰਬਜੀਤ ਸਿੰਘ ਅਤੇ ਦੂਜੀ ਦਾ ਹੈਗਾ ਜਗਤਾਰ ਸਿੰਘ, ਦੋਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਅਤੇ ਇਹਨਾਂ 'ਤੇ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਆ। ਕਿੱਥੋਂ ਲੈ ਗਿਆ ਜੀ? ਇਹ ਅਜੇ ਕਲੀਅਰ ਕਰਨਾ, ਇਹਨਾਂ ਕੋਲ ਪੇਸ਼ ਕਰਕੇ ਰਿਮਾਂਡ ਦੇਵਾਂਗੇ, ਰਿਮਾਂਡ ਦੌਰਾਨ ਪੁੱਛਗਿੱਛ ਕਰਾਂਗੇ ਕਿੱਥੋਂ ਲੈ ਕੇ ਆਏ ਆ। ਇੱਕ ਪੇਟੀ 'ਤੇ ਜਿਹੜਾ QR ਕੋਡ ਹੋ ਜਿਹੜਾ ਹੈਗਾ ਉਹ ਹੈਗਾ, ਉਹਦੇ ਤੋਂ ਐਕਸਾਈਜ਼ ਤੋਂ ਸਹਾਇਤਾ ਲੈ ਕੇ ਪਤਾ ਕਰਾਂਗੇ ਵੀ ਕਿਹੜੇ ਠੇਕੇਦਾਰ ਦੀ ਜਾਂ ਕਿੱਥੋਂ ਸ਼ਰਾਬ ਆਈ ਆ, ਉਹਨੂੰ ਫਿਰ ਤਫਤੀਸ਼ 'ਚ ਲਿਆਵਾਂਗੇ ਅੱਗੇ। ਉਧਰੀ ਦੂਜੇ ਪਾਸੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਕਪੂਰਥਲਾ ਦਾ ਕੀ ਕੁਝ ਕਹਿਣਾ ਹੈ, ਆਓ ਸੁਣਦੇ ਹਾਂ ਉਹਨਾਂ ਤੋਂ ਵੀ। ਤੁਹਾਡਾ ਸ਼ੁਭ ਨਾਮ ਜੀ? ਰਮਨ ਭਗਤ, ਐਕਸਾਈਜ਼ ਇੰਸਪੈਕਟਰ ਕਪੂਰਥਲਾ ਸਿਟੀ। ਜੀ, ਅੱਜ ਦੀ ਸ਼ਰਾਬ ਫੜੀ ਗਈ ਹੈ, ਕੀ ਕਹਿਣਾ ਚਾਹੁੰਦੇ? ਇਹ 'ਚ ਅਸੀਂ ਪੁਲਿਸ ਦੀ ਸਹਾਇਤਾ ਨਾਲ ਨਾਕਾ ਲਾਇਆ ਸੀਗਾ, ਹਾਈਟੈਕ ਨਾਕਾ ਢਿਲਵਾਂ। ਜੀ, ਉੱਥੇ ਸਾਨੂੰ ਇਤਲਾਹ ਸੀਗੀ ਕਿ ਕੋਈ ਬੂਟਲੈਗਰਸ ਇੱਥੇ ਵਿੱਚ ਮਾਲ ਲੈ ਕੇ ਜਾ ਰਹੇ ਨੇ, ਅਤੇ ਇੱਕ ਮੋਡੀਫਾਈਡ ਕੈਂਟਰ ਸੀਗਾ ਜਿਹਦੇ ਵਿੱਚ ਕਿ ਉਹਨਾਂ ਨੇ ਕੈਬਿਨ ਨੂੰ ਮੋਡੀਫਾਈ ਕੀਤਾ ਸੀਗਾ, ਅਤੇ ਉਹਦੀ ਸਾਨੂੰ ਟਿਪ ਆਫ ਸੀਗੀ ਕਿ ਇੱਦਾਂ ਦਾ ਮੋਡੀਫਾਈਡ ਕੈਂਟਰ ਆਏਗਾ ਅਤੇ ਉਹਨੂੰ ਇੰਟਰਸੈਪਟ ਕਰਕੇ ਉਹਦੇ ਵਿੱਚੋਂ ਰਿਕਵਰੀ ਹੋ ਸਕਦੀ ਹੈ। ਅਤੇ ਅਸੀਂ ਇਹਦੇ ਵਿੱਚ IMF ਲਿਕਰ, ਜਿਹਨੂੰ ਅੰਗਰੇਜ਼ੀ ਸ਼ਰਾਬ ਕਹਿੰਦੇ ਆ, ਉਹ 4 ਬ੍ਰੈਂਡਸ ਆਪਾਂ ਰਿਕਵਰ ਕੀਤੇ ਆ। ਕਿਹੜੇ ਕਿਹੜੇ? ਉਹਦੇ ਵਿੱਚ ਸਾਡੇ ਕੋਲ ਹੈਗੀ ਆ ਆਫੀਸਰ ਚੋਇਸ, ਇੰਪੀਰੀਅਲ ਬਲੂ, ਰੋਇਲ ਸਟੈਗ ਅਤੇ ਮੈਕਡੋਵਲ ਦੀਆਂ ਪੇਟੀਆਂ ਨੇ। ਅਤੇ ਉਹਦੇ ਵਿੱਚ ਅਸੀਂ ਅੱਗੇ ਤਫਤੀਸ਼ ਕਰ ਰਹੇ ਹਾਂ ਕਿ ਕਿਹੜੇ ਗਰੁੱਪ ਦੀ ਹੈ, ਕਿਵੇਂ ਹੈਗਾ। ਉਹਦੇ ਵਿੱਚ ਸਾਡੇ ਕੋਲ ਆਪਣਾ ਐਕਸਾਈਜ਼ ਇਨਫੋਰਸਮੈਂਟ ਐਪ ਹੈਗਾ, ਉਹਦੇ ਥਰੂ ਆਪਾਂ
ਟੈਕਨੋਲੋਜੀ ਦਾ ਸਾਰਾ ਲੈ ਕੇ ਚੈੱਕ ਕਰ ਰਹੇ ਹਾਂ ਵੀ ਇਹ ਕਿਸ ਸਾਈਡ ਤੋਂ ਆ ਰਹੀਆਂ ਸੀ। ਇਹ ਜਲੰਧਰ ਸਾਈਡ ਤੋਂ ਆਈਆਂ ਸੀ, ਅੰਮ੍ਰਿਤਸਰ ਜਾਣੀਆਂ ਸੀ, ਇਹਦੇ ਵਿੱਚ ਅੰਮ੍ਰਿਤਸਰ ਦੇ ਬੂਟ ਲੈਗਰਸ ਇਨਵੋਲਵ ਹੈਗੇ ਆ ਅਤੇ ਉਹਨਾਂ ਦੇ ਵੀ ਕਾਰਵਾਈ ਚੱਲ ਰਹੀ ਹੈ ਨਾਲ ਨਾਲ। A1 ਮੀਡੀਆ ਲਈ ਕਪੂਰਥਲਾ ਤੋਂ ਬਲਜਿੰਦਰ ਸਿੰਘ ਦੀ ਖਾਸ ਰਿਪੋਰਟ।